for all updated news. Please subscribe Ava News and ring the bell. ਸਤਿ ਸ਼੍ਰੀ ਅਕਾਲ, ਮੈਂ ਰਚਨਾ ਸ਼ਰਮਾ ਏਵਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਝੂਠੀ ਸ਼ਾਨ ਲਈ ਭਾਈ ਨੇ ਆਪਣੀ ਭੈਣ ਅਤੇ ਉਸਦੇ ਪ੍ਰੇਮੀ ਤੇ ਕੀਤਾ ਜਾਨਲੇਵਾ ਹਮਲਾ। ਹਮਲੇ ਵਿੱਚ ਲੜਕੇ ਦੀ ਮੌਕੇ ਤੇ ਹੀ ਹੋਈ ਮੌਤ। ਆਈਈਡੀ ਵਿਸਫੋਟ ਹਮਲੇ ਵਿੱਚ 4 ਪੁਲਿਸ ਕਰਮਚਾਰੀ ਹੋਏ ਸ਼ਹੀਦ। ਅੱਤਵਾਦੀਆਂ ਨੇ ਪੈਟਰੋਲਿੰਗ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਹਮਲਾ। ਆਪਣੇ ਹੱਕ ਦੀ ਲੜਾਈ ਲੜਨ ਲਈ ਧਰਨੇ ਤੇ ਬੈਠੀ ਇੱਕ ਨਵੀਂ ਵਿਆਹੀ ਲੜਕੀ। ਪ੍ਰੇਮ ਵਿਆਹ ਕਰਵਾ ਕੇ ਫਰਾਰ ਹੋਇਆ ਉਸਦਾ ਪਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਵਿੱਚ ਔਨਿੰਗ ਕਿਲਿੰਗ ਮਾਮਲੇ ਤਹਿਤ ਇੱਕ ਵਿਅਕਤੀ ਦਾ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਪ੍ਰੇਮ ਸੰਬੰਧਾਂ ਦੇ ਚੱਲਦੇ ਦਿਨੇਸ਼ ਨਾਂ ਦਾ ਲੜਕਾ ਇੱਕ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਲੜਕੀ ਦੇ ਭਾਈ ਅਤੇ ਮਾਮੇ ਨੂੰ ਜਿਵੇਂ ਹੀ ਦੋਨਾਂ ਦੀ ਲੋਕੇਸ਼ਨ ਦਾ ਪਤਾ ਲੱਗਿਆ, ਉਹਨਾਂ ਨੇ ਕਥਿਤ ਤੌਰ ਤੇ ਝੂਠੀ ਸ਼ਾਨ ਦੀ ਖਾਤਰ ਲੜਕੀ ਅਤੇ ਲੜਕੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਇਸ ਹਮਲੇ ਵਿੱਚ ਜ਼ਖਮੀ ਹੋ ਗਈ। ਲੜਕੀ ਨੂੰ ਸਥਾਨਕ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ। ਉੱਥੇ ਪੁਲਿਸ ਕਾਂਸਟੇਬਲ ਦੀ ਮੁਸਤੈਦੀ ਕਾਰਨ ਦੋਨਾਂ ਦੋਸ਼ੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਕਿਆ ਹੋਇਆ ਉਸਕੇ ਬਾਅਦ ਹੀ ਬਤਾ ਦੀ? ਉਸਕੇ ਬਾਅਦ ਮੈਂ ਮੰਡੀ ਸੇ ਲੈ ਕੇ ਆ ਰਹੇ ਥੇ, ਜੈਸੇ ਆ ਕੇ ਯਹਾਂ ਪੇ ਦੋ ਬੰਦੇ ਜੋ ਗਾੜੀ ਸੇ ਉਤਰੇ ਬਾਤ ਕਰਨੇ ਕੇ ਲੀਏ, ਜੈਸੇ ਗਾੜੀ ਮੇਂ ਬੈਠੇ ਇਨ ਦੋਨੋਂ ਨੇ ਆਕੇ ਪੀਛੇ ਸੇ ਹਮਲਾ ਕਰ ਦਿਆ। ਯਹਾਂ ਸੇ ਭਾਗਾ ਗਿਆ ਤੋ ਉਧਰ ਸੇ ਮੈਂ ਭਾਗਾ ਹੋਇਆ ਆਇਆ ਤੋ ਲੜਕੀ ਕੇ ਜੈਸੇ ਚੱਕੂ ਮਾਰ ਰਿਹਾ ਥਾ, ਮੈਨੇ ਉਸਕਾ ਹੱਥ ਪਕੜ ਕੇ ਚੱਕੂ ਛਿਨ ਲਿਆ ਉਸਸੇ। ਲੜਕੀ ਇਧਰ ਕੋ ਭਗਾ ਦੀ, ਚੱਕੂ ਆਪਣੇ ਪਾਸ ਰੱਖ ਲਿਆ ਮੈਨੇ। ਉੱਤਰੀ ਕਸ਼ਮੀਰ ਦੇ ਸੋਪਰ ਵਿੱਚ ਹੋਏ ਆਈਈਡੀ ਵਿਸਫੋਟ ਵਿੱਚ 4 ਪੁਲਿਸ ਕਰਮਚਾਰੀਆਂ ਦੇ ਸ਼ਹੀਦ ਹੋਣ ਅਤੇ 1 ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਆਈ ਹੈ। ਜਾਣਕਾਰੀ ਮੁਤਾਬਿਕ ਇਹ ਧਮਾਕਾ ਪੁਲਿਸ ਦੀ ਪੈਟਰੋਲਿੰਗ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਹਮਲੇ ਵਿੱਚ 3 ਦੁਕਾਨਾਂ ਦਾ ਵੀ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਨੇ ਲਈ ਹੈ। ਉੱਥੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਵੱਲੋਂ ਬਾਰਾਮੂਲਾ ਜ਼ਿਲ੍ਹੇ ਦੇ ਸੋਪਰ ਵਿੱਚ ਛੋਟਾ ਬਾਜ਼ਾਰ ਅਤੇ ਵੱਡਾ ਬਾਜ਼ਾਰ ਸਥਿਤ ਗਲੀ ਵਿੱਚ ਇੱਕ ਦੁਕਾਨ ਦੇ ਨਜ਼ਦੀਕ ਆਈਈਡੀ ਲਗਾਇਆ ਗਿਆ ਸੀ ਅਤੇ ਜਿਸ ਵੇਲੇ ਉਹ ਧਮਾਕਾ ਹੋਇਆ, ਪੁਲਿਸ ਅਧਿਕਾਰੀ ਉਸ ਸਮੇਂ ਪੱਖਪਾਤੀਆਂ ਵੱਲੋਂ ਆਯੋਜਿਤ ਹੜਤਾਲ ਨੂੰ ਵੇਖਦੇ ਹੋਏ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ। ਮੁੰਬਈ ਦੀ ਕਮਲਾ ਮਿਲਸ ਕੰਪਾਊਂਡ ਵਿੱਚ ਲੱਗੀ ਭਿਆਨਕ ਅੱਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ। ਮੁੰਬਈ ਦਮਕਲ ਵਿਭਾਗ ਦੀ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ 29 ਦਸੰਬਰ ਨੂੰ ਕਮਲਾ ਮਿਲਸ ਕੰਪਾਊਂਡ 'ਚ ਲੱਗੀ ਅੱਗ ਦਾ ਮੁੱਖ ਕਾਰਨ ਨਜਾਇਜ਼ ਹੁੱਕੇ ਤੋਂ ਉੱਠੀ ਚਿੰਗਾਰੀ ਹੋ ਸਕਦੀ ਹੈ, ਜਿਸ ਨੂੰ ਮੋਜ਼ੋ ਬਿਸਤਰੋ ਰੈਸਟੋਰੈਂਟ ਵਿੱਚ ਸਰਵ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਭਿਆਨਕ ਅੱਗ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅੱਗ ਸਭ ਤੋਂ ਪਹਿਲਾਂ ਮੋਜ਼ੋ ਬਿਸਤਰੋ ਰੈਸਟੋਰੈਂਟ ਵਿੱਚ ਲੱਗੀ ਸੀ ਅਤੇ ਬਾਅਦ ਵਿੱਚ ਅੱਗ ਨੇ ਉਸਦੇ ਨੇੜੇ ਬਣੇ ਵਨ ਏਵੋ ਪੱਬ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਮੌਕੇ 'ਤੇ ਮੌਜੂਦ ਲੋਕਾਂ ਤੋਂ ਪਤਾ ਚੱਲਿਆ ਕਿ ਅੱਗ ਲੱਗਣ ਦੇ ਸਮੇਂ ਮੋਜ਼ੋ ਬਿਸਤਰੋ ਰੈਸਟੋਰੈਂਟ ਵਿੱਚ ਹੁੱਕੇ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ, ਜੋ ਅੱਗ ਲੱਗਣ ਦਾ ਮੁੱਖ ਕਾਰਨ ਹੋ ਸਕਦਾ ਹੈ। ਅੰਮ੍ਰਿਤਸਰ ਦੇ ਸਥਾਨਕ ਨਮਕ ਮੰਡੀ ਇਲਾਕੇ ਵਿੱਚ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਅਤੇ ਪੰਜਾਬ ਚੇਅਰਮੈਨ ਅਮਿਤ ਚੱਡਾ ਦੀ ਅਗਵਾਈ ਵਿੱਚ ਇੱਕ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਲੇਬਰ ਸੈੱਲ ਦਾ ਗਠਨ ਕੀਤਾ ਗਿਆ। ਇਸ ਮੌਕੇ ਆਏ ਹੋਏ ਮਾਣਯੋਗ ਲੋਕਾਂ ਨੂੰ ਸਰੋਪੇ ਪਾ ਕੇ ਵੀ ਸਨਮਾਨਿਤ ਕੀਤਾ ਗਿਆ। ਅਮਿਤ ਚੱਡਾ, ਸ਼ਿਵ ਸੈਨਾ ਸ਼ੇਰੇ ਹਿੰਦ, ਪੰਜਾਬ ਚੇਅਰਮੈਨ, ਆਪਾਂ ਲੇਬਰ ਸੈੱਲ ਦੀ ਨਿਯੁਕਤੀਆਂ ਕੀਤੀਆਂ ਅੱਜ ਅਤੇ ਲੇਬਰ ਸੈੱਲ ਨੂੰ ਜੋ ਵੀ ਮੁਸ਼ਕਲਾਂ ਆਉਣਗੀਆਂ ਉਹ ਹੱਲ ਕਰਨਗੇ ਅਤੇ ਸਤੀਸ਼ ਕੁਮਾਰ ਜੀ ਸਾਡੇ ਗੁਆਂਢ ਆ, ਜੇ ਕੋਈ ਲੇਬਰ ਦੀ ਮੁਸ਼ਕਲਾਂ ਆਉਂਦੀਆਂ ਉਹ ਹੱਲ ਕਰਾਂਗੇ। ਕਿਹਨੂੰ ਬਣਾਇਆ ਪ੍ਰਧਾਨ ਜੀ ਲੇਬਰ ਸੈੱਲ ਦਾ? ਸਤੀਸ਼ ਕੁਮਾਰ ਜੀ ਨੂੰ ਜੀ, ਨਿਯੁਕਤੀਆਂ ਕੀਤੀਆਂ ਨੇ ਸਤੀਸ਼ ਕੁਮਾਰ ਰਾਜੂ ਜੀ ਨੂੰ ਲੇਬਰ ਸੈੱਲ ਦਾ ਜ਼ਿਲ੍ਹਾ ਪ੍ਰਧਾਨ, ਸੁਨੀਲ ਕੁਮਾਰ ਸੋਨੂ ਜੀ ਨੂੰ ਸ਼ਹਿਰ ਦਾ ਉਭਾਰੀ ਲਗਾਇਆ। ਇਹਨਾਂ ਕੋਲ ਹੀ ਉਮੀਦ ਕਰਦੇ ਹਾਂ ਕਿ ਇਹ ਲੇਬਰ ਸੈੱਲ ਦੀਆਂ ਜਿੰਨੀਆਂ ਕਿ ਮੁਸ਼ਕਲਾਂ ਆਉਣਗੀਆਂ ਉਹਦਾ ਹੱਲ ਕਰਾਉਣਗੇ। ਲੇਬਰ ਨੂੰ ਜੋ ਕੰਮ ਕਰਨ ਦੇ ਬਾਅਦ ਮਾਲਕ ਉਹਨਾਂ ਦੇ ਤੰਗ ਕਰਦੇ ਨੇ, ਤਨਖਾਹਾਂ ਟਾਈਮ ਸਿਰ ਨਹੀਂ ਮਿਲਦੀਆਂ, ਉਹਦਾ ਹੱਲ ਸ਼ਿਵ ਸੈਨਾ ਸ਼ੇਰੇ ਹਿੰਦ ਕਰਾਏਗੀ। ਜੋ ਵੀ ਸ਼ਹਿਰ ਦੇ ਵਿੱਚ ਨਸ਼ਾ ਮੁਕਤੀ ਦੇ ਖਿਲਾਫ ਹੋਏਗਾ, ਸ਼ਿਵ ਸੈਨਾ ਸ਼ੇਰੇ ਹਿੰਦ ਕਰੇਗੀ। ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। For all updated news, please subscribe Ava News and ring the bell.